ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਰੈਡੀ ਪੀਸ ਸ਼ੇਅਰ ਕਰਾਂਗੇ ਕਿ ਸ਼ਾਇਦ ਪਹਿਲਾਂ ਵੀ ਤੁਹਾਡੇ ਨਾਲ ਮੈਂ ਡਿਜ਼ਾਇਨ ਸ਼ੇਅਰ ਕੀਤੇ ਆ। ਸੋ ਰੈਡੀ ਹੋ ਕੇ ਜਿਹੜੇ ਪੀਸ ਆ ਉਹ ਕਿਵੇਂ ਲੱਗਦੇ ਆ, ਔਰ ਅਸੀਂ ਉਹਨਾਂ ਨਾਲ ਦੁਪੱਟੇ ਕਿਵੇਂ ਫਿਨਿਸ਼ਿੰਗ ਦਿੰਦੇ ਹਾਂ, ਦੁਪੱਟਿਆਂ ਨੂੰ ਕਿਵੇਂ ਟਾਈ ਡਾਈ ਕਰਦੇ ਹਾਂ। ਸੋ ਬਹੁਤ ਸਾਰੇ ਕੁਸ਼ਚਨ ਆ, ਬਹੁਤ ਰਿਕੁਐਸਟਡ ਵੀਡੀਓ ਹੈਗੀ ਹੈ ਕਿ ਤੁਸੀਂ ਹਰ ਇੱਕ ਸੂਟ ਦੇ ਨਾਲ ਜਿਹੜਾ ਦੁਪੱਟਾ ਜ਼ਰੂਰ ਸ਼ੇਅਰ ਕਰਿਆ ਕਰੋ। ਸੋ ਕਈ ਵਾਰ ਸੂਟ ਪਹਿਲਾਂ ਆਪਾਂ ਵੀਡੀਓ ਬਣਾ ਦਿੰਦੇ ਹਾਂ ਸੂਟਸ ਦੇ ਡਿਜ਼ਾਈਨਸ ਦੀ, ਜਿਵੇਂ ਜਿਵੇਂ ਵੀ ਰਿਕੁਐਸਟ ਆਉਂਦੀ ਹੈ। ਸੋ ਅੱਜ ਜਿਹੜਾ ਮੈਂ ਤੁਹਾਨੂੰ ਕੰਪਲੀਟ ਸੂਟ ਦੁਪੱਟੇ ਦਿਖਾਉਣੀ ਹਾਂ ਜੀ, ਜਿਵੇਂ ਇਹ ਸੂਟ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ, ਇਹਦੀ ਜਿਹੜੀ ਓਵਰਆਲ ਫਿਨਿਸ਼ਿੰਗ ਹੈ ਇਹਦੀ ਇਸ ਤਰ੍ਹਾਂ ਦੀ ਆ। ਵਿੱਚ ਇਹਦੇ ਪਿੰਟੈਕਸ ਦਿੱਤੇ ਹੋਏ ਆ ਜੀ, ਬਹੁਤ ਹੀ ਹੈਵੀ ਪਿੰਟੈਕਸ ਆ। ਦੇਖੋ ਕਾਫੀ ਜਗ੍ਹਾ 'ਤੇ ਅਸੀਂ ਪਿੰਟੈਕਸ ਦਿੱਤੇ ਆ, ਸਾਈਡਸ 'ਤੇ ਵੇਲ ਦਿੱਤੀ ਹੋਈ ਹੈ, ਔਰ ਅਸੀਂ ਬਹੁਤ ਹੀ ਟਾਈ ਡਾਈ ਲੇਸਿਸ ਨਾਲ ਆ ਜਿਹੜਾ ਇਹਨੂੰ ਫਿਨਿਸ਼ ਕੀਤਾ ਹੋਇਆ। ਦੇਖੋ ਔਰ ਗਲੇ 'ਤੇ ਵੀ ਇਹਦੀ ਇਹੀ ਫਿਨਿਸ਼ਿੰਗ ਦਿੱਤੀ ਹੋਈ ਆ। ਬਾਜੂ 'ਤੇ ਇਹਦਾ ਜਿਹੜਾ ਡਿਜ਼ਾਇਨ ਆ ਉਹ ਡਿਫਰੈਂਟ ਆ ਜੀ, ਤੁਸੀਂ ਸੇਮ ਵੀ ਕਰਾ ਸਕਦੇ ਹੋ, ਡਿਫਰੈਂਟ ਵੀ ਕਰਾ ਸਕਦੇ ਹੋ। ਸੋ ਇੱਕ ਇੱਕ ਅਲੱਗ ਜਿਹਾ ਜਿਹੜਾ ਡਿਜ਼ਾਇਨ ਬਣ ਜਾਂਦਾ ਫਿਰ। ਇਹਦੇ 'ਤੇ ਅਲੱਗ ਅਸੀਂ ਡਿਜ਼ਾਇਨਿੰਗ ਕੀਤੀ ਹੋਈ ਹੈ ਔਰ ਦੂਸਰੇ 'ਤੇ ਅਲੱਗ ਹੈ। ਸਪੈਸ਼ਲੀ ਇਹਦਾ ਕੀ ਹੈਗਾ ਕਿ ਇਹਦਾ ਮੈਂ ਦੁਪੱਟਾ ਦਿਖਾਉਣ ਲਈ ਤੁਹਾਨੂੰ ਡਿਜ਼ਾਇਨ ਸ਼ੇਅਰ ਕੀਤਾ, ਜਿਸ ਦੇ ਵੀ ਆਪਾਂ ਜਿਹੜੇ ਐਮਬਰਾਇਡਰੀ ਦੇ ਵਿੱਚ ਕਲਰ ਯੂਜ਼ ਕੀਤੇ ਹੈਗੇ ਆ ਉਹ ਵੀ ਅਸੀਂ ਦੁਪੱਟੇ ਦੇ ਵਿੱਚ ਕੀਤੇ ਹੋਏ ਆ। ਦੇਖੋ ਜੀ, ਮੈਂ ਤੁਹਾਨੂੰ ਨਾਲ ਇਹ ਦਿਖਾਉਣੀ ਆ ਸੂਟਸ, ਇਹ ਦੇਖੋ ਜੀ, ਔਰ ਉੱਪਰ ਇਹ ਦੁਪੱਟਾ ਦੇਖੋ ਜੀ, ਯੈਲੋ ਗ੍ਰੀਨ ਇਹ ਸਾਰੇ ਸ਼ੇਡ ਆ ਜਿਹੜੇ ਅਸੀਂ ਦੁਪੱਟੇ 'ਚ ਦਿੱਤੇ ਹੋਏ ਆ। ਬਹੁਤ ਹੀ ਸਟਾਈਲਿਸ਼ ਜਿਹੜਾ ਡਿਜ਼ਾਇਨਰ ਜਿਹਾ ਦੁਪੱਟਾ ਰੈਡੀ ਹੋਇਆ। ਇਹ ਫੋਰ ਸਾਈਡਡ ਜਿਹੜਾ ਦੁਪੱਟਾ ਹੈਗਾ ਇਹ ਦੇਖੋ, ਵੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਇਹਨੂੰ ਲੁੱਕ ਦੁਪੱਟੇ ਨੂੰ ਦਿੱਤਾ ਹੋਇਆ ਐਂਡ 'ਤੇ। ਔਰ ਇਹ ਦੇਖੋ ਜੀ, ਇਹਦੇ ਨਾਲ ਅਸੀਂ ਗੁੰਮ ਕਰਕੇ ਜਿਹੜੀ ਚੌਕ 'ਤੇ ਲੇਪ ਦਿੱਤੀ ਹੋਈ ਆ ਉਹੀ ਅਸੀਂ ਇਹਨੂੰ ਦਿੱਤੀ ਹੋਈ ਹੈ। ਔਰ ਇਸ ਤੋਂ ਇਲਾਵਾ ਇੱਕ ਪੀਸ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ, ਸੋ ਇਹ ਵਾਲਾ ਇਹ ਲਾਈਟ ਬੇਸ਼ੀਟ ਜੋਰਜਟ 'ਤੇ ਬਣਿਆ ਹੋਇਆ ਪੀਸ ਹੈ ਜੀ। ਅਸੀਂ ਇਹਨੂੰ ਔਰੇਂਜ ਥੋੜ੍ਹਾ ਜਿਹਾ ਡਾਰਕ ਨਾ ਕਰਦੇ ਹੋਏ ਲਾਈਟ ਜਿਹਾ ਦਿੱਤਾ ਹੋਇਆ, ਔਰੇਂਜ ਲੁੱਕ ਦਿੱਤੀ ਵੀ ਹੈ, ਔਰ ਪੀ ਔਰੇਂਜ ਪੀਚ ਕਲਰ ਅਸੀਂ ਫਿਨਿਸ਼ਿੰਗ ਕੀਤੀ ਹੋਈ ਹੈ। ਉੱਪਰ ਇਹ ਆ ਰਹੀ ਹੈ, ਇਹ ਦੇਖੋ ਉੱਪਰ ਤੱਕ ਇਹਦੀ ਡਿਜ਼ਾਇਨਿੰਗ ਹੈ। ਬਾਜੂ 'ਤੇ ਵੀ ਅਸੀਂ ਇਹਦੀ ਲੇਸ ਦਿੱਤੀ ਹੋਈ ਹੈ, ਦੇਖੋ। ਔਰ ਇਹਦਾ ਜਿਹੜਾ ਦੁਪੱਟਾ ਹੈਗਾ ਇਹ ਵੀ ਬਹੁਤ ਹੀ ਵਧੀਆ ਇਹਦਾ ਸਟੱਫ ਹੈਗਾ ਜੀ, ਕੋਟਾ ਡੋਰੀਆ ਦੇ ਵਿੱਚ ਹੀ ਇਹ ਇੱਕ ਜਿਹੜਾ ਸਟੱਫ ਆਉਂਦਾ ਦੁਪੱਟਿਆਂ ਦਾ। ਸੋ ਇਹ ਦੇਖੋ, ਇਹ ਬਹੁਤ ਹੀ ਇਹਦੀ ਵਧੀਆ ਫੋਲ ਹੈ ਚਨੌਨ ਤਰ੍ਹਾਂ। ਦੁਪੱਟਾ ਜਿਹੜਾ ਇਹ ਦੇਖੋ, ਅਸੀਂ ਇਹਦੇ ਵਿੱਚ ਜ਼ਿਆਦਾ ਮਜੰਟਾ ਔਰੇਂਜ ਪੀਸ ਸ਼ੇਡ ਦੇ ਕੇ ਇਹਨੂੰ ਫਿਨਿਸ਼ ਕੀਤਾ ਹੋਇਆ, ਦੇਖੋ। ਔਰ ਇਹਦੇ ਜਿਹੜੇ ਨੀਚੇ ਅਸੀਂ ਉਹੀ ਜਿਹੜਾ ਆਪਾਂ ਸ਼ਰਟ 'ਤੇ ਲਾਈ ਹੋਈ ਹੈ ਲੇਸ ਉਹੀ ਦਿੱਤੀ ਹੋਈ ਹੈ, ਉੱਪਰ ਸਿਰਫ ਪਾਈਪਿੰਗ ਹੈ, ਨੀਚੇ ਇਹਨੂੰ ਸ਼ੋ ਕੀਤਾ ਹੋਇਆ ਜ਼ਿਆਦਾ। ਔਰ ਇਹ ਜਿਹੜਾ ਦੁਪੱਟਾ ਕਾਫੀ ਕਸਟਮਰ ਦੀ ਹੁੰਦੀ ਹੈ ਕਿ ਉਹ ਕਿਹੜਾ ਦੁਪੱਟਾ ਹੈਗਾ, ਇਹ ਕੋਟਾ ਡੋਰੀਆ ਦੇ ਵਿੱਚ ਹੀ ਇੱਕ ਲਾਈਨਿੰਗ ਵਾਲਾ ਸਟੱਫ ਆਉਂਦਾ ਜੀ, ਬੜਾ ਵਧੀਆ ਫੋਲ ਹੈ ਇਹਦਾ ਔਰ ਬੜਾ ਵਧੀਆ ਇਹ ਹਰ ਇੱਕ ਕਲਰ ਡਾਈ ਹੋ ਜਾਂਦਾ। ਸੋ ਇਸ ਸੂਟ ਨਾਲ ਇਹ ਦੁਪੱਟਾ ਹੈਗਾ ਬਹੁਤ ਵਧੀਆ, ਇਹਦਾ ਗ੍ਰੇਸ ਆਈ ਹੈਗੀ ਹੈ ਦੁਪੱਟੇ ਦੀ। ਸੋ ਇਸੇ ਤਰ੍ਹਾਂ ਹੀ ਜੀ ਨਵੇਂ ਨਵੇਂ ਡਿਜ਼ਾਈਨਸ ਆ ਜਿਵੇਂ ਜਿਵੇਂ ਬਣ ਰਹੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਸੋ ਡੇਲੀ ਜੋ ਵੀ ਬਣ ਰਿਹਾ ਸਮਰ ਦੇ ਡਿਜ਼ਾਈਨ ਆ, ਸਾਰੇ ਕਹਿੰਦੇ ਆ ਤੁਸੀਂ ਸਮਰਸ ਦੇ ਡਿਜ਼ਾਈਨ ਸ਼ੇਅਰ ਕਰੋ। ਸੋ ਕਿਸੇ ਨੇ ਹੈਵੀ ਬਣਾਉਣਾ ਹੁੰਦਾ, ਕਿਸੇ ਨੇ ਹਲਕੀ, ਜੋ ਵੀ ਬਣ ਰਿਹਾ ਔਰਡਰ ਦਾ ਜੋ ਵੀ ਰਿਪੀਟ ਹੋ ਰਿਹਾ ਉਹ ਵੀ ਅਸੀਂ ਸ਼ੇਅਰ ਕਰ ਰਹੇ ਹਾਂ। ਸੋ ਤੁਸੀਂ ਕਿਸੇ ਵੀ ਟਾਈਪ ਦਾ ਜਿਹੜਾ ਡਿਜ਼ਾਈਨ ਔਰਡਰ ਕਰ ਸਕਦੇ ਹੋ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰਾ ਨੰਬਰ ਹੋਊਗਾ ਜੀ, ਤੁਸੀਂ ਉੱਥੋਂ ਲੈ ਕੇ ਮੈਨੂੰ ਔਰਡਰ ਕਰ ਸਕਦੇ ਹੋ। ਇਹਦਾ ਜਿਹੜਾ ਪ੍ਰਾਈਸ ਜਾਣ ਸਕਦੇ ਹੋ, ਸੇਮ ਬਣਾਉਣਾ ਤੁਸੀਂ ਸੇਮ ਬਣਾ ਸਕਦੇ ਹੋ, ਜੇ ਤੁਸੀਂ ਔਰਡਰ 'ਤੇ ਕਿਸੇ ਹੋਰ ਕਲਰ ਕੰਬੀਨੇਸ਼ਨ 'ਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ। ਸੋ ਇਸ ਤਰ੍ਹਾਂ ਦੇ ਡਿਜ਼ਾਈਨ ਦੇਖਣ ਲਈ ਜੀ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ ਜੀ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਲਾਈਕ ਕਮੈਂਟ ਜ਼ਰੂਰ ਕਰਿਆ ਕਰੋ। ਥੈਂਕ ਯੂ ਸੋ ਮਚ ਜੀ।